Welcome everyone, I'm Japneet, and in this video we'll discuss another few words with their beautiful vocabulary. Yes, this is another episode of vocabulary series, so let's jump straight to the video. ਅੱਜ ਜਿਹੜਾ ਆਪਣਾ ਪਹਿਲਾ ਵਰਡ ਹੈਗਾ ਉਹ ਹੈਗਾ ਗਾ ਟੈਲੀਵਿਜ਼ਨ ਵਰਲਡ, ਫਿਲਮੀ ਸੰਸਾਰ, ਠੀਕ ਹੈ। ਇਹਦੀ ਜਗ੍ਹਾ 'ਤੇ ਦੋ ਬਹੁਤ ਹੀ ਬਿਊਟੀਫੁਲ ਵਰਡਸ ਆਪਾਂ ਯੂਜ਼ ਕਰ ਸਕਦੇ ਹਾਂ। ਫਸਟ ਵਨ ਇਜ਼ ਸੈਲੂਲੋਇਡ ਵਰਲਡ, ਸੈਲੂਲੋਇਡ ਮੀਨਸ ਇਹ ਉਹੀ ਚੀਜ਼ ਹੈਗੀ ਆਪਣਾ ਟੈਲੀਵਿਜ਼ਨ ਵਰਲਡ, ਠੀਕ ਹੈ, ਸੀ ਈ ਡਬਲ ਐਲ ਯੂ ਐਲ ਓ ਆਈ ਡੀ, ਸੈਲੂਲੋਇਡ ਵਰਲਡ। ਸੈਕਿੰਡ ਇਜ਼ ਟਿੰਜ਼ਲ ਵਰਲਡ, ਟੀ ਆਈ ਐਨ ਐਸ ਈ ਐਲ, ਟਿੰਜ਼ਲ ਵਰਲਡ, ਠੀਕ ਹੈ। ਓਕੇ, ਇਹ ਹੁਣ ਆਪਾਂ ਇੱਕ ਐਗਜ਼ਾਮਪਲ ਦੇਖਦੇ ਹਾਂ। ਨਾਓਵਾਡੇਜ਼ ਯੰਗਸਟਰਸ ਆਰ ਵੈਰੀ ਰਿਸੈਪਟਿਵ ਟੂ ਸੈਲੂਲੋਇਡ ਵਰਲਡ। ਅੱਜ ਕੱਲ੍ਹ ਜਿਹੜੇ ਯੰਗਸਟਰਸ ਨੇ ਉਹ ਕਿ ਬਹੁਤ ਹੀ ਜ਼ਿਆਦਾ ਰਿਸੈਪਟਿਵ ਨੇ, ਗ੍ਰਹਿਣਸ਼ੀਲ ਕਰਦੇ ਆ ਕਿਹਨੂੰ, ਸੈਲੂਲੋਇਡ ਵਰਲਡ ਨੂੰ, ਠੀਕ ਹੈ। ਰਿਸੈਪਟਿਵ ਆਪਣਾ ਹੈਗਾ ਗਾ ਬੋਨਸ ਵਰਡ, ਕਿਹਦੀ ਜਗ੍ਹਾ 'ਤੇ ਯੂਜ਼ ਕੀਤਾ, ਜਿਹੜਾ ਪਰਸਨ ਹੈਗਾ ਉਹ ਰਿਸੀਵ ਕਰਦਾ ਹੋਵੇ, ਠੀਕ ਹੈ, ਕਿਸੇ ਚੀਜ਼ ਨੂੰ, ਕੋਈ ਆਈਡੀਆਜ਼ ਵਗੈਰਾ ਨੂੰ, ਠੀਕ ਹੈ, ਗ੍ਰਹਿਣਸ਼ੀਲ ਕਰਦਾ ਹੋਵੇ ਉਹ। ਇੰਪਰੂਵ ਦਾ ਸਕਿੱਲਸ, ਦਿਸ ਇਜ਼ ਅਵਰ ਨੈਕਸਟ ਵਰਡ। ਇਹਦੀ ਜਗ੍ਹਾ 'ਤੇ ਆਪਾਂ ਕਿਹੜੇ ਦੋ ਸੈਂਟੈਂਸਿਸ ਯੂਜ਼ ਕਰ ਸਕਦੇ ਹਾਂ। ਫਸਟ ਇਜ਼ ਸ਼ਾਰਪਨ ਦਾ ਸਕਿੱਲਸ, ਸੈਕਿੰਡ ਵਨ ਇਜ਼ ਹੋਨ, ਐਚ ਓ ਐਨ ਈ, ਹੋਨ ਦਾ ਸਕਿੱਲਸ, ਸਕਿੱਲਸ ਨੂੰ ਕੀ ਹੈ, ਇੰਪਰੂਵ ਕਰਨਾ। ਹੁਣ ਜਿਹੜੀ ਐਗਜ਼ਾਮਪਲ ਹੈ ਤੁਹਾਡੇ 'ਤੇ ਹੀ ਬੇਸਡ ਹੈ, ਜੇ ਤੁਸੀਂ ਨਿਊਜ਼ ਪੇਪਰ ਪੜ੍ਹੋਗੇ ਤਾਂ ਕੀ ਹੈ, ਆਪਣੇ ਰੀਡਿੰਗ ਦੇ ਸਕਿੱਲਸ, ਰਾਈਟਿੰਗ ਦੇ ਸਕਿੱਲਸ ਇੰਪਰੂਵ ਹੋਣਗੇ, ਠੀਕ ਹੈ। ਰੀਡਿੰਗ ਨਿਊਜ਼ ਪੇਪਰ ਸ਼ਾਰਪਨਸ ਰਾਈਟਿੰਗ ਸਕਿੱਲਸ, ਜਾਂ ਫਿਰ ਹੋਨ ਰਾਈਟਿੰਗ ਸਕਿੱਲਸ, ਠੀਕ ਹੈ। ਨਿਊਜ਼ ਪੇਪਰ ਰੀਡ ਕਰਨਾ ਤੁਹਾਡੇ ਰਾਈਟਿੰਗ ਦੇ ਸਕਿੱਲਸ ਕੀ ਹੈ, ਇੰਪਰੂਵ ਹੋਣਗੇ। ਜੈਂਡਰ ਡਿਸਕ੍ਰਿਮੀਨੇਸ਼ਨ ਇਜ਼ ਅਵਰ ਨੈਕਸਟ ਵਰਡ। ਹੁਣ ਉਹ ਕੀ ਹੁੰਦਾ ਗਾ, ਮੁੰਡੇ ਕੁੜੀ ਵਿੱਚ ਪੱਖਪਾਤ, ਠੀਕ ਹੈ। ਇਹਦੀ ਥਾਂ 'ਤੇ ਆਪਾਂ ਬਹੁਤ ਹੀ ਵਧੀਆ ਵਰਡਸ ਕਾਫੀ ਸਾਰੇ ਹੈਗੇ ਯੂਜ਼ ਕਰ ਸਕਦੇ ਹਾਂ। ਫਸਟ ਇਜ਼ ਜੈਂਡਰ ਬਿਆਸ, ਸੈਕਿੰਡ ਇਜ਼ ਜੈਂਡਰ ਡਿਸਪੈਰਿਟੀ, ਥਰਡ ਇਜ਼ ਜੈਂਡਰ ਇਨਇਕੁਆਲਿਟੀ, ਫੋਰਥ ਇਜ਼ ਜੈਂਡਰ ਪ੍ਰੇਜੁਡਾਈਸ। ਓਕੇ, ਇਹ ਜਿਹੜੇ ਵਰਡ ਸੀਗੇ, ਹੁਣ ਆਪਾਂ ਇਹਦੇ ਐਗਜ਼ਾਮਪਲ ਦੇਖਦੇ ਹਾਂ ਇਹਨਾਂ ਨੂੰ ਹੀ ਯੂਜ਼ ਕਰਦੇ ਹੋਏ। ਸਪੋਜ਼ ਆਪਾਂ ਕਹਿਣਾ ਹੋਵੇ ਅੱਜ ਦਾ ਮੁੱਦਾ ਕੀ ਹੈ, ਜੈਂਡਰ ਡਿਸਕ੍ਰਿਮੀਨੇਸ਼ਨ ਹੈ, ਠੀਕ ਹੈ। ਜੈਂਡਰ ਇਨਇਕੁਆਲਿਟੀ ਇਜ਼ ਟੂਡੇਜ਼ ਏਜੰਡਾ, ਠੀਕ ਹੈ। ਅੱਜ ਦਾ ਮੁੱਦਾ ਜਿਹੜਾ ਹੈਗਾ ਜੈਂਡਰ ਇਨਇਕੁਆਲਿਟੀ ਆ। ਜਿਹੜੀਆਂ ਹੁਣ ਉਲਝਣਾਂ ਹੁੰਦੀਆਂ ਹੈਗੀਆਂ, ਠੀਕ ਹੈ, ਉਹਨਾਂ ਨੂੰ ਕੀ ਕਹਿ ਸਕਦੇ ਹੈਗੇ, ਇਹਦੀ ਜਗ੍ਹਾ 'ਤੇ ਦੋ ਵਰਡਸ ਫੇਰ ਨੇ। ਫਸਟ ਹੈਗਾ ਇੰਟਰੋਕੇਸਿਸ, ਸੈਕਿੰਡ ਇਜ਼ ਪਰਪਲੈਕਸਿਟੀਜ਼, ਸਪੈਲਿੰਗ ਆਈ ਐਨ ਟੀ ਆਰ ਆਈ ਸੀ ਏ ਸੀ ਆਈ ਈ ਐਸ, ਇੰਟਰੋਕੇਸਿਸ, ਪਰਪਲੈਕਸਿਟੀਜ਼, ਪੀ ਈ ਆਰ ਪੀ ਐਲ ਈ ਐਕਸ ਆਈ ਟੀ ਆਈ ਈ ਐਸ, ਪਰਪਲੈਕਸਿਟੀਜ਼, ਠੀਕ ਹੈ। ਇਹ ਦੋ ਵਰਡਸ ਆਪਾਂ ਯੂਜ਼ ਕਰਦੇ ਹਾਂ ਉਲਝਣ ਦੀ ਜਗ੍ਹਾ 'ਤੇ। ਹੁਣ ਆਪਾਂ ਇਹਦੇ ਐਗਜ਼ਾਮਪਲ ਦੇਖਦੇ ਹਾਂਗੇ, ਉਹਦੇ ਵਿੱਚ ਇੱਕ ਬੋਨਸ ਵਰਡ ਵੀ ਲੁਕਿਆ ਹੋਇਆ, ਉਹ ਵੀ ਦੇਖਾਂਗੇ ਆਪਾਂ। ਫਲਾਸਫੀ ਸਬਜੈਕਟ ਇਜ਼ ਰਿਪਲੀਟ ਵਿਦ ਮੈਨੀ ਇੰਟਰੋਕੇਸਿਸ। ਓਕੇ, ਰਿਪਲੀਟ ਮੀਨਸ ਫਿਲਡ ਵਿਦ, ਠੀਕ ਹੈ। ਇਹ ਆਪਣਾ ਬੋਨਸ ਵਰਡ ਭਰਿਆ ਹੋਇਆ ਹੈਗਾ, ਮਤਲਬ ਇਹਦਾ ਮਤਲਬ ਰਿਪਲੀਟ ਮਤਲਬ ਭਰਿਆ ਹੋਇਆ, ਠੀਕ ਹੈ, ਵੀ ਜਿਹੜਾ ਫਲੋਸਫੀ ਸਬਜੈਕਟ ਆ ਉਹ ਭਰਿਆ ਹੋਇਆ ਕਾਫੀ ਸਾਰੀਆਂ ਇੰਟਰੋਕੇਸਿਸ ਨਾਲ, ਕਾਫੀ ਸਾਰੀਆਂ ਉਲਝਣਾਂ ਨਾਲ, ਠੀਕ ਹੈ। ਹੁਣ ਆਪਣਾ ਜਿਹੜਾ ਲਾਸਟ ਵਰਡ ਹੈਗਾ ਉਹ ਹੈਗਾ ਅੰਡਰਸਟੈਂਡ। ਅੰਡਰਸਟੈਂਡ ਦੀ ਜਗ੍ਹਾ 'ਤੇ ਕਿਹੜੇ ਕਿਹੜੇ ਵਰਡ ਯੂਜ਼ ਕਰ ਸਕਦੇ ਹਾਂ। ਫਸਟ ਹੈਗਾ ਕੰਪਰੀਹੈਂਡ, ਸੈਕਿੰਡ ਐਪਰੀਹੈਂਡ, ਥਰਡ ਮੇਕ ਆਊਟ, ਠੀਕ ਹੈ। ਇਹ ਤਿੰਨ ਵਰਡ ਯੂਜ਼ ਕਰ ਸਕਦੇ ਹਾਂ। ਹੁਣ ਆਪਾਂ ਇਹਦੀ ਐਗਜ਼ਾਮਪਲ ਦੇਖਦੇ ਹਾਂ। ਇੱਕ ਇਟ ਇਜ਼ ਅਮੈਂਸਲੀ ਡਿਫੀਕਲਟ ਫੋਰ ਸਕੂਲ ਸਟੂਡੈਂਟਸ ਟੂ ਕੰਪਰੀਹੈਂਡ ਦਾ ਇੰਟਰੋਕੇਸਿਸ ਆਫ ਦਿਸ ਸਬਜੈਕਟ। ਇਹ ਬਹੁਤ ਹੀ ਜ਼ਿਆਦਾ ਡਿਫੀਕਲਟ ਹੈਗਾ ਸਕੂਲ ਸਟੂਡੈਂਟਸ ਲਈ ਆਪਣੇ ਇੰਟਰੋਕੇਸਿਸ ਨੂੰ ਕੀ ਹੈ, ਕੰਪਰੀਹੈਂਡ ਮਤਲਬ ਸਮਝਣਾ, ਠੀਕ ਹੈ, ਇਸ ਸਬਜੈਕਟ ਦੀਆਂ ਉਲਝਣਾਂ ਨੂੰ ਸਮਝਣਾ, ਠੀਕ ਹੈ। So these were the few words with their vocabulary and that we can use in task 2 and speaking. Please share this video as much as you can so that I can help other people too, and subscribe to my channel if you are new. Thank you.